ਬਾਰੀ ਮਈ ਤੋਂ ਬਾਅਦ ਦਿੱਲੀ NCR ਦੇ ਜੋ ਹਾਲ ਨੇ ਉਸ ਨੂੰ ਦੇਖ ਕੇ ਹਰ ਕੋਈ ਨਿਰਾਸ਼ ਹੈ। ਕਈ ਥਾਵਾਂ ਤੇ ਟ੍ਰੈਫਿਕ ਜੈਮ ਦੇ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦੀ ਮਾਰ ਝੱਲਣੀ ਪੈ ਰਹੀ ਹੈ। ਦਿੱਲੀ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਰਕੇ ਕਈ ਥਾਵਾਂ ਤੇ ਪਾਣੀ ਭਰ ਚੁੱਕਿਆ ਤੇ ਇਸ ਦੇ ਵਿਚਾਲੇ ਹਰਸਿਮਰਤ ਕੌਰ ਬਾਦਲ ਵੀ ਦਿੱਲੀ ਦੀਆਂ ਸੜਕਾਂ ਤੇ ਟ੍ਰੈਫਿਕ ਜੈਮ ਚ ਫਸੇ ਨਜ਼ਰ ਆਏ ਨੇ, ਜਿਸ ਦਾ ਖੁਲਾਸਾ ਉਹਨਾਂ ਨੇ ਖੁਦ ਇੱਕ ਟਵੀਟ ਤੇ ਇੱਕ ਵੀਡੀਓ ਸ਼ੇਅਰ ਕਰਕੇ ਕੀਤਾ ਹੈ। ਦਰਅਸਲ ਦਿੱਲੀ ਦੇ ਵਿੱਚ ਮੌਲਧਾਰ ਮੀਂਹ ਤੋਂ ਬਾਅਦ ਕਈ ਥਾਵਾਂ ਤੇ ਪਾਣੀ ਭਰ ਗਿਆ ਹੈ, ਸੜਕਾਂ ਤੇ ਲੰਬਾ ਜਾਮ ਲੱਗ ਗਿਆ ਹੈ, ਸੜਕਾਂ ਨਦੀਆਂ ਬਣ ਗਈਆਂ ਨੇ ਤੇ ਸ਼ਹਿਰ ਦੇ ਕਈ ਹਿੱਸੇ ਪਾਣੀ ਨਾਲ ਭਰ ਚੁੱਕੇ ਨੇ। ਇਸੇ ਵਿਚਾਲੇ ਜਦੋਂ ਹਰਸਿਮਰਤ ਕੌਰ ਬਾਦਲ ਵੀ ਦਿੱਲੀ ਚ ਸਨ ਤਾਂ ਉਹਨਾਂ ਨੂੰ ਵੀ 6 ਘੰਟੇ ਤੱਕ ਟ੍ਰੈਫਿਕ ਦੇ ਵਿੱਚ ਹੀ ਰੁਕਣਾ ਪਿਆ। ਦੱਸਦੇ ਕਿ ਹਰਸਿਮਰਤ ਕੌਰ ਬਾਦਲ 6 ਘੰਟੇ ਇਸ ਟ੍ਰੈਫਿਕ ਜੈਮ ਦੇ ਵਿੱਚ ਫਸੇ ਰਹੇ, ਜਿਸ ਦੌਰਾਨ ਉਹਨਾਂ ਨੇ ਜੋ ਹਾਲ ਦੇਖਿਆ ਦਿੱਲੀ ਦਾ ਉਹ ਇਸ ਵੀਡੀਓ ਤੇ ਇੱਕ ਟਵੀਟ ਦੇ ਵਿੱਚ ਜ਼ਾਹਰ ਕੀਤਾ ਹੈ। ਹਰਸਿਮਰਤ ਕੌਰ ਬਾਦਲ ਨੇ ਦਿੱਲੀ ਚ ਪਏ ਮੀਂਹ ਨੂੰ ਇੱਕ ਬੁਰਾ ਸੁਪਨਾ ਦੱਸਿਆ ਹੈ। ਦਰਅਸਲ ਉਹਨਾਂ ਨੇ ਆਪਣੇ ਇੱਕ ਵੀਡੀਓ ਤੇ ਇੱਕ ਟਵੀਟ ਸਾਂਝਾ ਕੀਤਾ, ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਦਿੱਲੀ ਦੇ ਟ੍ਰੈਫਿਕ ਵਿੱਚ ਫਸੀ ਐਂਬੂਲੈਂਸ ਨੂੰ ਵੇਖ ਕੇ ਨਿਰਾਸ਼ਾ ਹੋਈ। ਐਮਰਜੈਂਸੀ ਚ ਹਰ ਸਕਿੰਟ ਮਾਇਨੇ ਰੱਖਦਾ ਹੈ। ਮੀਂਹ ਅਤੇ ਦਿੱਲੀ ਇੱਕ ਡਰਾਉਣਾ ਸੁਪਨਾ ਹੈ। ਮੈਂ ਸੰਸਦ ਤੋਂ ਸ਼ਾਮ 6:30 ਵਜੇ ਨਿਕਲੀ, 6 ਘੰਟੇ ਬੀਤ ਗਏ ਤੇ ਮੈਂ ਸੜਕ ਤੇ ਫਸੀ ਰਹੀ। ਆਵਾਜਾਈ ਠੱਪ ਹੈ, ਲੋਕਾਂ ਦੀਆਂ ਕਾਰਾਂ ਦਾ ਤੇਲ ਖਤਮ ਹੋ ਗਿਆ ਤੇ ਛੋਟੇ ਬੱਚੇ ਕਾਰਾਂ 'ਚ ਫਸੇ ਹੋਏ ਨੇ। ਇਹ ਸੱਚਮੁੱਚ ਇੱਕ ਡਰਾਉਣਾ ਸੁਪਨਾ ਹੈ। ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇੱਕ ਟਵੀਟ ਕਰਕੇ ਇਹ ਸਾਰਾ ਹਾਲ ਬਿਆਨ ਕੀਤਾ ਗਿਆ, ਕਿਉਂਕਿ ਉਹਨਾਂ ਦੇ ਸਾਹਮਣੇ ਜਿੱਥੇ ਲੰਬਾ ਜਾਮ ਲੱਗਿਆ ਹੋਇਆ ਸੀ ਤੇ ਇਸੇ ਜਾਮ ਦੇ ਵਿੱਚ ਇੱਕ ਐਂਬੂਲੈਂਸ ਵੀ ਕਾਫੀ ਦੇਰ ਤੱਕ ਫਸੀ ਰਹੀ, ਜਿਸ ਨੂੰ ਰਾਹ ਨਹੀਂ ਮਿਲਿਆ। ਮੌਲਧਾਰ ਮੀਂਹ ਦੇ ਮਗਰੋਂ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ 'ਚ ਪਾਣੀ ਦੇਖਿਆ ਗਿਆ। ਕਈ ਹਿੱਸੇ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰ ਚੁੱਕੇ ਨੇ। ਦਿੱਲੀ ਦਰਿਆ ਦੇ ਵਿੱਚ ਤਬਦੀਲ ਹੋ ਚੁੱਕੀ ਹੈ। ਥਾਂ ਥਾਂ ਪਾਣੀ ਭਰਨ ਨਾਲ ਟ੍ਰੈਫਿਕ ਜਾਮ ਹੋ ਗਿਆ ਹੈ। ITO ਤੋਂ ਲਕਸ਼ਮੀ ਨਗਰ ਤੱਕ ਲੰਬਾ ਜਾਮ ਲੱਗਿਆ, ਜਿਸ ਵਿੱਚ ਹਰਸਿਮਰਤ ਕੌਰ ਬਾਦਲ ਵੀ ਫਸੇ ਰਹੇ। ਕਰੀਬ 6 ਘੰਟੇ ਤੱਕ ਉਹਨਾਂ ਨੂੰ ਇਸ ਟ੍ਰੈਫਿਕ ਜੈਮ ਦੇ ਵਿੱਚ ਰੁਕਣਾ ਪਿਆ, ਜਿੱਥੇ ਉਹਨਾਂ ਦੇ ਸਾਹਮਣੇ ਇੱਕ ਐਂਬੂਲੈਂਸ ਵੀ ਇਸ ਟ੍ਰੈਫਿਕ 'ਚ ਫਸੀ ਰਹੀ। ਜਿਸ ਤੋਂ ਬਾਅਦ ਉਹਨਾਂ ਨੇ ਇੱਕ ਟਵੀਟ ਤੇ ਵੀਡੀਓ ਸਾਂਝਾ ਕਰਕੇ ਦਿੱਲੀ ਦਾ ਸਾਰਾ ਹਾਲ ਦੱਸਿਆ ਹੈ ਤੇ ਉਸ ਤੇ ਨਿਰਾਸ਼ਾ ਜਤਾਈ ਹੈ। ਭਾਰੀ ਮੀਂਹ ਤੋਂ ਬਾਅਦ ਦਿੱਲੀ NCR ਦੇ ਜੋ ਹਾਲ ਨੇ ਉਸ ਨੂੰ ਦੇਖ ਕੇ ਹਰ ਕੋਈ ਨਿਰਾਸ਼ ਹੈ। ਕਈ ਥਾਵਾਂ ਤੇ ਟ੍ਰੈਫਿਕ ਜੈਮ ਦੇ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦੀ ਮਾਰ ਝੱਲਣੀ ਪੈ ਰਹੀ ਹੈ। ਦਿੱਲੀ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਰਕੇ ਕਈ ਥਾਵਾਂ ਤੇ ਪਾਣੀ ਭਰ ਚੁੱਕਿਆ ਤੇ ਇਸੇ ਵਿਚਾਲੇ ਹਰਸਿਮਰਤ ਕੌਰ ਬਾਦਲ ਵੀ ਦਿੱਲੀ ਦੀਆਂ ਸੜਕਾਂ ਤੇ ਟ੍ਰੈਫਿਕ ਜੈਮ ਚ ਫਸੇ ਨਜ਼ਰ ਆਏ ਨੇ, ਜਿਸ ਦਾ ਖੁਲਾਸਾ ਉਹਨਾਂ ਨੇ ਖੁਦ ਇੱਕ ਟਵੀਟ ਤੇ ਇੱਕ ਵੀਡੀਓ ਸ਼ੇਅਰ ਕਰਕੇ ਕੀਤਾ ਹੈ। ਦਰਅਸਲ ਦਿੱਲੀ ਦੇ ਵਿੱਚ ਮੌਲਧਾਰ ਮੀਂਹ ਤੋਂ ਬਾਅਦ ਕਈ ਥਾਵਾਂ ਤੇ ਪਾਣੀ ਭਰ ਗਿਆ ਹੈ, ਸੜਕਾਂ ਤੇ ਲੰਬਾ ਜਾਮ ਲੱਗ ਗਿਆ ਹੈ, ਸੜਕਾਂ ਨਦੀਆਂ ਬਣ ਗਈਆਂ ਨੇ ਤੇ ਸ਼ਹਿਰ ਦੇ ਕਈ ਹਿੱਸੇ ਪਾਣੀ ਨਾਲ ਭਰ ਚੁੱਕੇ ਨੇ। ਇਸੇ ਵਿਚਾਲੇ ਜਦੋਂ ਹਰਸਿਮਰਤ ਕੌਰ ਬਾਦਲ ਵੀ ਦਿੱਲੀ ਚ ਸਨ ਤਾਂ ਉਹਨਾਂ ਨੂੰ ਵੀ 6 ਘੰਟੇ ਤੱਕ ਟ੍ਰੈਫਿਕ ਦੇ ਵਿੱਚ ਹੀ ਰੁਕਣਾ ਪਿਆ। ਦੱਸਦੇ ਕਿ ਹਰਸਿਮਰਤ ਕੌਰ ਬਾਦਲ 6 ਘੰਟੇ ਇਸ ਟ੍ਰੈਫਿਕ ਜੈਮ ਦੇ ਵਿੱਚ ਫਸੇ ਰਹੇ, ਜਿਸ ਦੌਰਾਨ ਉਹਨਾਂ ਨੇ ਜੋ ਹਾਲ ਦੇਖਿਆ ਦਿੱਲੀ ਦਾ ਉਹ ਇਸ ਵੀਡੀਓ ਤੇ ਇੱਕ ਟਵੀਟ ਦੇ ਵਿੱਚ ਜ਼ਾਹਰ ਕੀਤਾ ਹੈ। ਹਰਸਿਮਰਤ ਕੌਰ ਬਾਦਲ ਨੇ ਦਿੱਲੀ ਚ ਪਏ ਮੀਂਹ ਨੂੰ ਇੱਕ ਬੁਰਾ ਸੁਪਨਾ ਦੱਸਿਆ ਹੈ। ਦਰਅਸਲ ਉਹਨਾਂ ਨੇ ਆਪਣੇ ਇੱਕ ਵੀਡੀਓ ਤੇ ਇੱਕ ਟਵੀਟ ਸਾਂਝਾ ਕੀਤਾ, ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਦਿੱਲੀ ਦੇ ਟ੍ਰੈਫਿਕ ਵਿੱਚ ਫਸੀ ਐਂਬੂਲੈਂਸ ਨੂੰ ਵੇਖ ਕੇ ਨਿਰਾਸ਼ਾ ਹੋਈ। ਐਮਰਜੈਂਸੀ 'ਚ ਹਰ ਸਕਿੰਟ ਮਾਇਨੇ ਰੱਖਦਾ ਹੈ। ਮੀਂਹ ਅਤੇ ਦਿੱਲੀ ਇੱਕ ਡਰਾਉਣਾ ਸੁਪਨਾ ਹੈ। ਮੈਂ ਸੰਸਦ ਤੋਂ ਸ਼ਾਮ 6:30 ਵਜੇ ਨਿਕਲੀ, 6 ਘੰਟੇ ਬੀਤ ਗਏ ਤੇ ਮੈਂ ਸੜਕ ਤੇ ਫਸੀ ਰਹੀ। ਆਵਾਜਾਈ ਠੱਪ ਹੈ, ਲੋਕਾਂ ਦੀਆਂ ਕਾਰਾਂ ਦਾ ਤੇਲ ਖਤਮ ਹੋ ਗਿਆ ਤੇ ਛੋਟੇ ਬੱਚੇ ਕਾਰਾਂ 'ਚ ਫਸੇ ਹੋਏ ਨੇ। ਇਹ ਸੱਚਮੁੱਚ ਇੱਕ ਡਰਾਉਣਾ ਸੁਪਨਾ ਹੈ। ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇੱਕ ਟਵੀਟ ਕਰਕੇ ਇਹ ਸਾਰਾ ਹਾਲ ਬਿਆਨ ਕੀਤਾ ਗਿਆ, ਕਿਉਂਕਿ ਉਹਨਾਂ ਦੇ ਸਾਹਮਣੇ ਜਿੱਥੇ ਲੰਬਾ ਜਾਮ ਲੱਗਿਆ ਹੋਇਆ ਸੀ ਤੇ ਇਸੇ ਜਾਮ ਦੇ ਵਿੱਚ ਇੱਕ ਐਂਬੂਲੈਂਸ ਵੀ ਕਾਫੀ ਦੇਰ ਤੱਕ ਫਸੀ ਰਹੀ, ਜਿਸ ਨੂੰ ਰਾਹ ਨਹੀਂ ਮਿਲਿਆ। ਮੌਲਧਾਰ ਮੀਂਹ ਦੇ ਮਗਰੋਂ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ 'ਚ ਪਾਣੀ ਦੇਖਿਆ ਗਿਆ। ਕਈ ਹਿੱਸੇ
ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰ ਚੁੱਕੇ ਨੇ। ਦਿੱਲੀ ਦਰਿਆ ਦੇ ਵਿੱਚ ਤਬਦੀਲ ਹੋ ਚੁੱਕੀ ਹੈ, ਥਾਂ ਥਾਂ ਪਾਣੀ ਭਰਨ ਨਾਲ ਟ੍ਰੈਫਿਕ ਜਾਮ ਹੋ ਗਿਆ ਹੈ। ITO ਤੋਂ ਲਕਸ਼ਮੀ ਨਗਰ ਤੱਕ ਲੰਬਾ ਜਾਮ ਲੱਗਿਆ, ਜਿਸ ਵਿੱਚ ਹਰਸਿਮਰਤ ਕੌਰ ਬਾਦਲ ਵੀ ਫਸੇ ਰਹੇ। ਕਰੀਬ 6 ਘੰਟੇ ਤੱਕ ਉਹਨਾਂ ਨੂੰ ਇਸ ਟ੍ਰੈਫਿਕ ਜਾਮ ਦੇ ਵਿੱਚ ਰੁਕਣਾ ਪਿਆ, ਜਿੱਥੇ ਉਹਨਾਂ ਦੇ ਸਾਹਮਣੇ ਇੱਕ ਐਂਬੂਲੈਂਸ ਵੀ ਇਸ ਟ੍ਰੈਫਿਕ 'ਚ ਫਸੀ ਰਹੀ। ਜਿਸ ਤੋਂ ਬਾਅਦ ਉਹਨਾਂ ਨੇ ਇੱਕ ਟਵੀਟ ਤੇ ਵੀਡੀਓ ਸਾਂਝਾ ਕਰਕੇ ਦਿੱਲੀ ਦਾ ਸਾਰਾ ਹਾਲ ਦੱਸਿਆ ਹੈ ਤੇ ਉਸ ਤੇ ਨਿਰਾਸ਼ਾ ਜਤਾਈ ਹੈ।